ਇਹ ਕਬਰ ਤਾਂ ਕੋ ਜਿਹੜੀ ਬਹੁਤੀ ਹਸਤਾ ਹਾਲੀ ਚ ਕੋਈ ਗੌਰ ਨਹੀਂ ਤੇ ਮੰਨਿਆ ਕਿ ਪਾਨਿਸ਼ਨਾ ਪਰ ਤੁਸੀਂ ਫਿਰ ਵੀ ਆਪਣੇ ਪਿਆਰੇ ਨੇ ਕਬਰਾਂ ਬਗੌਰ ਕਰਿਆ ਕਰੋ ਇਹ ਤਾਂ ਕਿ ਸਕਨੇ ਹੋ ਕਿ ਇਸ ਕਬਰ ਇੱਕ ਵਰ ਪੂਰੀ ਕਿਸਮ ਦੀ ਬੇਚ ਚੁੱਕੇ ਪਰ ਬਹੁਤ ਹੀ ਥਾਮੇ ਅੱਛੇ ਤੇ ਬਹੁਤ ਹੀ ਦੁੱਖ ਹੋਈ ਰਿਆ ਕਿ ਅਸਲਾ ਕਾ ਵਿਵਰਜ਼ ਮੈਂ ਆਫੇਜ਼ਾਨ ਜ਼ਫਰ ਤੁਸੀਂ ਆਪਣਾ YouTube ਚੈਨਲ ਤੇ ਫੈਜ਼ਾਨ ਜ਼ਫਰ ਆਫੀਸ਼ੀਅਲ ਅਮਿਤ ਕਰਨਾ ਇਤਮਾਮ ਦੋ ਯਾਰ ਪੇਪਰਾ ਠੀਕ ਠਾਕ ਹੋ ਸੋਦਾ ਅੱਲਾਹ ਪਾਕ ਨੇ ਹਿਫਜ਼ੋ ਇਮਾਨ ਚੋ ਸੋ ਜਿੱਥਾ ਵੀ ਹੋ ਸੋ ਖੁਸ਼ ਬਾਸ਼ੋ ਸੋ ਅੱਜ ਮੈਂ ਦੋਸਤਾਂ ਦਾ ਪਿਆਰਾ ਪ੍ਰਾਨੇ ਹਿਦਮਾ ਇੱਕ ਨਾਈ ਵੀਡੀਓ ਕੇ ਇੰਤਹਾ ਜ਼ਰੂਰ ਹੋਣਾ ਇਹ ਵੀਡੀਓ ਸਪੈਸ਼ਲ ਅਸਾਨੀ ਸੈਕਿੰਡ ਲਾਸਟ ਵੀਡੀਓ ਪਰ ਇੱਕ ਐਂਟੀਰਾ ਮੈਸੇਜ ਕੀਤਾ ਸੀ ਕਿ ਤੁਸੀਂ ਕਮੈਂਟ ਬਾਕਸ ਵਿੱਚ ਕੀਤਾ ਸੀ ਮੈਸੇਜ ਕਿ ਤੁਸੀਂ ਰੈਪਰ ਕਬਸਤਾਨੀ ਵੀਡੀ ਤੇ ਅਸਾਂ ਇੱਥਾਂ ਆਇਆ ਤਾਂ ਕਿ ਪਾਣੀ ਜ ਕਾਫੀ ਕਰੀ ਪਹੁੰਚ ਗਿਆ ਤੇ ਪਰ ਕਬਰਾਂ ਬਾਰਸੀਆਂ ਤੇ ਅਸਾਂ ਉਹਨਾਂ ਐਂਟੀਰ ਇਨਫਰਮੇਸ਼ਨ ਤੇ ਵੀਡੀਓ ਬਣਾਣੇ ਪਿਆ ਤਾਂ ਜਿਹੜੇ ਦੋਸਤ ਪੇਰਾ ਮਾਈਚ ਨੇ ਨਵੇਂ ਮਾਈਚ ਨੇ ਸਬਸਕ੍ਰਾਈਬ ਵੀ ਕਰੋ ਤੇ ਬੈਲ ਆਈਕਨ ਬਟਨ ਤੇ ਕਲਿੱਕ ਕਰੋ ਤਾਂ ਕਿ ਅਨ ਨੋਟੀਫਿਕੇਸ਼ਨ ਸਭ ਪਹਿਲੇ ਮਿਲ ਹੋ ਜਾਈਏ ਤੇ ਜਿਵੇਂ ਸਾਹ ਤਾਂ ਕਿਸਕ ਨੇ ਕਿ ਕਬਰਾਂ ਪਹਿਲਾਂ ਪਾਣੀ ਚੜਿਆ ਹੋਣਾ ਕਬਰਾਂ ਪਾਣੀਆਂ ਨੇ ਅੰਦਰ ਡੁੱਬੀ ਜਾਣੀਆਂ ਤੇ ਕਿਤਨੇ ਦੁੱਖ ਦੀ ਗੱਲ ਹੈ ਕਿ ਅਸਾਂ ਨੇ ਆਪਣੇ ਪਿਆਰਿਆਂ ਦੀਆਂ ਕਬਰਾਂ ਪਾਣੀਆਂ ਅੰਦਰ ਡੁੱਬਣੀਆਂ ਤੇ ਬਹੁਤ ਹੀ ਅਫਸੋਸ ਹੋਣਾ ਦੇਂਸਾ ਤਾਂ ਕਿ ਸਕਨੇ ਕੇ ਕੁਸਾ ਜਾ ਪਰ ਕਬਰਾਂ ਇਹ ਬੰਦਿਆ ਸਹੀ ਦੇਖਭਾਲ ਰੱਖਿਆ ਅਗਰ ਪਾਣੀ ਦੇਣਾ ਤਾਂ ਵਾਪਸ ਨਾ ਮਰਮਤੀ ਕਰਿਛੋ ਨੇ ਇਹ ਤਾਂ ਕਿਸੇ ਜਿਸ ਤਰ੍ਹਾਂ ਇਹ ਕਬਰਾਂ ਇਹਨਾਂ ਸਪੈਸ਼ਲ ਪਲਸਟਰ ਕੀਤਾ ਗਿਆ ਪਲਸਟਰ ਕਰੀ ਨਾ ਬਸ ਸਪੈਸ਼ਲ ਵਾਪਸ ਨਾ ਲਿਸ਼ੇਗੇ ਕਿ ਆਸਾਂ ਆਪਣੇ ਪਿਆਰਿਆਂ ਦੀ ਯਾਦ ਦਫਾ ਨੇ ਅਸਾਂ ਜਿਆਦਾ ਤਾਜ਼ਾ ਠੀਕ ਕਿ ਥੇ ਦਫਨ ਸਨ ਪਰ ਪਾਣੀ ਵੇਲੇ ਸੋ ਫਿਰ ਵੀ ਹਸਤਾ ਹਾਲੀ ਵਿੱਚ ਸੋ ਖਰਾਬ ਹੋ ਜਾਣਾ ਹੈ ਫਿਰ ਐਵਰੀ ইয়ার ਕਰਨেন ਐ ਵੀ ਤੱਕ ਕਿਸਕ ਨੇ ਕੇ ਨਜ਼ਰੀਆਂ ਕਿ ਕਾਫੀ ਟੂਟ ਫੂਟ ਨਸ਼ਕਾਰ ਹੋਈਆਂ ਆ ਕਬਰਾਂ ਐ ਵੀ ਤੱਕ ਕਿਸਕ ਨੇਓ ਜਿਨ੍ਹਾਂ ਕਬਰਾਂ ਪਰ غور ਕੋਈ ਤੱਕੇ ਤੱਕ ਸਮੇ ਬਹੁਤ ਅਫਸੋਸ ਹੋਣਾ ਪਿਆ ਐ ਤੱਕ ਕਿਸਕ ਨੇ ਕੇ ਜਿਨ੍ਹਾਂ ਪਿਆਰਾਂ ਕਬਰਾਈਆਂ ਤੇ ਕਬਰਾਂ ਨੇ ਬਹੁਤ ਹੀ ਬੁੜੀ ਹਾਲਤ ਹੈ ਐ ਤੱਕ ਕਿਸਕ ਨੇ ਇਸ ਕਬਰੀ ਨਿਸ਼ਾਨੀ ਵੀ ਖਤਮ ਹੋਈ ਚੁੱਕੀ ਹੋਣੀ ਜਾਣੀ ਪਈ ਐ ਕਬਸਾਂ ਤੱਕ ਕੋ ਜਿਹੜੀ ਬਹੁਤ ਹੀ ਹਸਤਾ ਹਾਲੀ ਚ ਕੋਈ ਗੌਰ ਨਹੀਂ ਤੇ मनने के पानी इच्छना पर फिर भी अपने प्यार दबर पर गौर करा करो है अच्छा। तक सकने हो कि सकने इस कबर, कबर पूरी किस्म ने बेह चुकी पर बहुत ही इतना अच्छी है था, बहुत ही दुख हो रहा कि वीडियो बनाने दिल नहीं करना पर इस पास बनाना पु भैन भा तक नहीं भेजने प्यार दबर आइए प्लीज कोशिश है इन्होंने वापस मरमती करो ताकि निशानी कायम रहे डैम बहुत ज्यादा कबर आई फिर भी माशल माशाल्लाह के ਉੱਪਰ ਵੀ ਕਬਰਾਂ ਨੇ ਕਿੰਨੀ ਖੂਬਸੂਰਤ ਤਰੀਕੇ ਨਾਲ ਦੇਖਭਾਲ ਕੀਤੀ ਗਈ ਦੁਬਾਰਾ ਪਲਸਟਰ ਕੀਤੇ ਗਏ ਕਿ ਅਸਾਂ ਨੇ ਪਿਆਰੇ ਜੇ ਕਬਰਾਂਆਂ ਅਸਾਂ ਨਿਸ਼ਾਨੀ ਕਾਇਮ ਟਿਕੀ ਰਹੇ ਤੇ ਜੇ ਪਿੱਛਾ ਮੇ ਤੱਕ ਆ ਬਹੁਤ ਹੀ ਦੁੱਖ ਹੋਇਆ ਗੁਜ਼ਾਰਿਸ਼ ਹੈ ਕੋਈ ਵੀ ਅਗਰ ਪੈਨ ਪ੍ਰਾਤਕ ਨਾ ਪਿਆ ਜਿਹੜਾ ਇਸ ਫੈਮਿਲੀ ਨਾਲ ਇਹਨਾਂ ਨਾਲ ਤਲਕ ਰੱਖਣਾ ਪਲੀਸ ਸਾਂ ਆਪਣੇ ਪਿਆਰੇ ਕਬਰਾਂ ਦੁਬਾਰਾ ਇੱਕ ਸੇ ਠੀਕ ਹੋ ਤੱਕ ਕਾਫੀ ਸਸਤਾ ਹਾਲ ਨਿਸ਼ਕਾਰ ਹੋ ਚੁੱਕੀਆਂ ਨੋ ਗਾ ਵੀ ਕਬਸਤਾਨ ਹੈ ਤੇ ਪਰ ਇਹ ਵੀਡੀਓ ਅਸਾਂ ਬਣਾਣੇ ਦਾ ਮਕਸਦ ਇਹ ਨਹੀਂ ਸੀ ਕਿ ਅਸਾਂ ਕੁਸੇ ਦਿਲ ਅਜ਼ਾਰੀ ਕਰਾਂ ਅਸਾਂ ਉਹਨਾਂ ਐਂਟੀ ਆ ਫਰਮੈਸ਼ ਪਰ ਵੀਡੀਓ ਇੱਥੇ ਬਣਾਣੇ ਵਾਸਤੇ ਆਏ ਸਾਂ ਜੇ ਗੱਲਾਂ ਮੈਂ ਕੀਤੀਆਂ ਕੋਈ ਮਾਈਂਡ ਨਾ ਕਰ ਸਿੱਤਾ ਕਿਤੇ ਆ ਕਿ ਕਵਰਾਂ ਬਹੁਤ ਹੀ ਬੁਰੀ ਹਾਲਤ ਵਿੱਚ ਜੀਆਂ ਅਗਰ ਕੋਈ ਵੀ ਇਹਨਾਂ ਕਬਰਾਂ ਨਾਲ ਵਲੀ ਵਾਰਸ ਹੈ ਤੇ ਪਲੀਜ਼ ਇਹਨਾਂ ਨੂੰ ਦਰਸਤ ਕਰੋ ਕਬਰਾਂ ਵੀ ਚੁੱਕੀਆਂ ਹਨ ਕਿਉਂਕਿ ਅਸਾਂ ਪਿਆਰੇ ਨਿਸ਼ਾਨੀਆਂ ਕਾਇਮ ਕੀਤੀਆਂ ਰਹਿਣ ਤੇ ਇਹ ਵੀਡੀਓ ਮੈਂ ਬਣਾਣਾ ਨਾ ਚਾਹਾਂ ਫਿਰ ਵੀ ਮਜਬੂਰਨ ਇਹ ਵੀਡੀਓ ਮੈਂ ਕਿ ਬਣਾਣੀ ਪੇਗੀ के नाले दसना पी गा किबराना रिकवरी करो मतलब के नहीं वापस नहीं ठीक है यह कबर माशा बनिया वा बहुत ही खूबसूरत अंदाज नहीं तैयार किया गया कि पानी अच्छा भी तो लै भी तो फिर घबर धूठ फूटना शिकाल नहीं कुछ कबर आइए इस कब्रस्ताने बहुत ही ज्यादा टूठ फूटना शिकाल चुकी भैन की माँ गल बुरी लगी हुई तो मजरा चा ਤੇ ਇਹ ਰਿਕਵੈਸਟ ਜ਼ਰੂਰ ਕਰਸਾਂ ਕਿ ਤੁਸੀਂ ਇਹਨਾਂ ਆਪਣੇ ਕਬਰਾਂ ਦੀ ਦੁਬਾਰਾ ਦੁਰਸਤ ਕਰੋ ਤੇ ਮੈਂ ਤਾਂ ਕਬਸਤਾਨ ਪੜਾਇਆ ਕਬਸਤਾਨ ਵੀਡੀਓ ਬਣਾਈ ਤੇ ਜੇ ਇੱਥਾ ਪਾਣੀਆ ਕਬਰਾਂ ਡੁੱਬੀਆਂ ਹੋਣੀਆਂ ਤਾਂ ਇਹ ਇੱਕ ਖੂਹ ਆ ਕੋਲ ਖਲਤਿਆ ਖੂਸਾ ਪਾਣੀਆ ਨਾ ਪਰਾਣਾ ਤੇ ਉਹ ਵਲਸੀ ਆਣੇ ਸੇ ਇਹ ਪੁਰਾਣੇ ਜ਼ਮਾਨੇ ਦਾ ਖੂਸਾ ਇੱਥੇ ਇੱਥੋਂ ਲੋਕ ਉਹ ਸਹ ਆਉਣੇ ਸੇ ਸਿੱਕੇ ਮੋਟਰਾਂ ਸ਼ਟਰਾਂ ਦਾ ਸਿਸਟਮ ਤਾਂ ਕੋਣੀ ਹੋਣਾ ਸੀ ਥਾਨ ਵਾਲੀ ਜਿਹਾ ਪਾਣੀ ਪੰਜ ਚੱਕੇ ਨਾਲ ਪਾਈ ਤੇ ਕੱਢਨੇ ਹੋਣੇ ਸਨ ਤਾਂ ਕਾਫੀ ਦੂਰ ਦੂਤੋਂ ਬੰਦੇ ਆਣੇ ਸੇ ਇੱਥਾ ਪਾਣੀ ਪਰ ਨਿਵਸਤ ਹੈ ਤਾਂ ਹੁਣ ਤਾਂ 마ਸ਼ਲਾ کافی ਸੋਲ ਤਾਂ ਹੀ ਗਿਆ ਤਾਂ ਹੁਣ 마ਸ਼ਲਾ ਕਰ ਕਰ ਖੋ ਹੀ ਗਏ ਚਾ ਤੱਕ ਕਿ ਸਕੇ ਕਿ ਇਸ ਖੂ ਹੈ ਨਹੀਂ ਹਾਲਤ ਬਹੁਤ ਹੀ ਬੁੜੀ ਹੋ ਚੁੱਕੀ ਕਿਉਂਕਿ ਤਾਂ ਪਾਣੀ ਸ਼ਨਾ ਪਾਣੀ ਵੀ ਦਸ ਉਸ ਖੂ ਹੈ ਹਾਲਤ ਬੁਖਰਾਬ ਹੋ ਗਈ ਅੱਜ ਕੱਲ ਤਾਂ ਦੀ ਦੋਰਾ ਮੋਟਰ ਲਾਇ ਤਾਂ ਹਰ ਕਾਰਕਰ ਪਾਣੀ ਚਲਾ ਜਾਣਾ ਤਾਂ ਹੁਣ ਅੱਥਾ ਚੱਲੇ ਆ ਗਿਆ ਹਾਂਜੀ ਨਜ਼ਰੀ ਨਾਲ ਸਾਨੂੰ ਨਹੀਂ ਸਤਾ ਪਤਾ ਕਿ ਐਂਟੀਰਾ ਕਿਹੜੇ ਕਬਸਤਾਨ ਵੀਡੀਓ ਆਏ ਦੋ ਕਬਸਤਾਨ ਰੈਪਰ ਸਲਮੋਠੇ ਦੇ ਪਾਣੀ ਚ ਆਏ ਬਿਲਕੁਲ ਸਾਹਮਣੇ ਸਾਹਮਣੇ ਸਾਨੂੰ ਇਹ ਵੀ ਰੈਪਰ ਕਬਸਤਾਨ ਦੀ ਵੀਡੀਓ ਬਣਾਈ ਫਿਰ ਇਸ ਨੇ ਬਣਾਣੇ ਪਿਆ ਕਿ ਐਸਾ ਐਸਾ ਨਹੀਂ ਸਭ ਪਤਾ ਕਿ ਐਂਟੀਅਰ ਕਿ ਰਕਬਸਤਾਨ ਵੀਡੀਓ ਆਨੇ ਵਸੇ ਇਹ ਤੱਕ ਕਿਸ ਕਰੇ ਮਾਸ਼ਾਅੱਲਾ ਕਬਸਤਾਨ ਦੀ ਵੀਡੀਓ ਕਿਥ ਹੈ ਸਪੈਸ਼ਲ ਪਾਣੀ ਅੱਛਾ ਹੈ ਤਾਂ ਚਾਰ ਸਾਈਡ ਦੁਵਾਰੀ ਹੈ ਫਿਰ ਵੀ ਕਬਰਾਂ ਨੇ ਮਾਸ਼ਾਅੱਲਾ ਦੇਖਭਾਲ ਬਹੁਤ ਹੀ ਅੱਛੇ ਤਰੀਕੇ ਨਾਲ ਕੀਤੀ ਗਈ ਮਾਸ਼ਾਅੱਲਾ ਸਾਰੀਆਂ ਕਬਰਾਂ ਠੀਕ ਹਨ ਇਹ ਕਬਰਾਂ ਪਾਣੀ ਵਿੱਚ ਡੁੱਬੀ ਜਾਣੀਆਂ ਫਿਰ ਵੀ ਤਾਂ ਹਾਲ ਠੀਕ ਰਹਿਣੀਆਂ ਕਿਉਂਕਿ ਇਹਨਾਂ ਦਾ ਦੇਖਭਾਲ ਬਹੁਤ ਹੀ ਕੀਤੀ ਗਈ ਤੇ ਕਰਨੇ ਵਿੱਚ ਹੈ ਨਹੀਂ ਕਿਉਂਕਿ ਅਸਨਾ ਹਟਕਾਣਾ ਹੈ ਹਰ ਇਨਸਾਨ ਇਸ ਦਾ جواب ਅਸ਼ਨਾ ਰਿਟੇਨ ਪਰ ਅਸਾਂ ਵੀ ਇਸ ਦਾ ਜਵਾਬ ਪਛਾਣਦਾ ਜਿਹੜੇ ਹਾਂਜੀ ਨਜ਼ਰੀਨ ਤੱਕ ਹੀ ਸਕਣ ਕਿ ਇੱਕ ਕਬਰਾਂ ਵਿੱਚ ਸੈਨੇਕਾਰ ਆ ਰਹੇ ਜਿਨ੍ਹਾਂ ਮਾਸ਼ਰਫ ਬਹੁਤ ਹੀ ਖੂਬਸੂਰਤ ਅੰਦਾਜ਼ ਜਿਹਨਾਂ ਮਰਮਮਤ ਦੇਖਭਾਲ ਰੱਖੀ ਸਪੈਸ਼ਲ ਪਾਣੀ ਦੀ ਵਿਸਥਾ ਨਾ ਬੰਨ ਬਣਾਇਆ ਗਿਆ ਕਿ ਪਾਣੀ ਪਰ ਅੱਛਾ ਵੀ ਤੱਕ ਕਬਰਾਂ ਅਸਾਂ ਨੇ ਜ਼ਾਇਆ ਨਾ ਮੈਂ ਜੇ ਤੁਮ ਮੈਂ ਡੈਮੇਜ ਹੋਣੀ ਆਪਣਾ ਫਿਰ ਵੀ ਤਿਆਰ ਕਰਨੇ ਤੇ ਮੈਂ ਉਹ ਗੱਲ ਆਹਨਾ ਤਾਂ ਨਾ ਚਾਹਨਾ ਫਿਰ ਵੀ ਮਜਬੂਰ ਆਹਨਾ ਪਿਆ ਕਿ ਜਿੱਥੇ ਉਹ ਕਬਰਾਂ ਵਿੱਚ ਤਕੀਤਾ ਆ ਬਹੁਤ ਹੀ ਦੁੱਖ ਹੋਇਆ ਕਿ आई थिंक अगर अपने प्यारे दफन करी तो इंसान जी भुलना नहीं चाहिए उस हालत के पता लगना पे कि उन्होंने पर एक दफा जो इंसान दफन हो गया उस बस खबर पर कम कि मैं रिक्वेस्ट करना अगर कोई उन्होंने प्यारा है या कोई भी है इस कब्रिस्तान या देखभाल करना उन्होंने गुजारिश ही जी खबर बीक उन्हें थोड़ी जी गौर करी उन्हें दोबारा मरम्मत किया जाए ताकि अपनी तस्ती हालत कायम टिक ਇਹ ਜੇ ਪਾਣੀ ਨਾ ਇਸ ਬੇਸ 'ਤੇ ਨਹੀਂ ਦੇਣਾ ਉੱਪਰ ਉਹ ਜਿਹੜੀ ਉਹ ਉੱਪਰ ਜਗਾ ਦਰਖਤ ਪਾ ਨਜ਼ਰਿਸ਼ ਨੇ ਪੈਣਾ ਅਸਾਂ ਹਾਈਟ ਤੋਂ ਕਾਫੀ ਉੱਚਾ ਪਾਣੀ ਹੋ ਜਾਣਾ ਫਿਰ ਵੀ ਪਾਣੀ ਲਾਣੇ ਵੀਨ ਫਿਰ ਚਾਰਨੇ ਪਰ ਤਾਂ ਕਿਸ ਤੱਕ ਨੇ ਕਿ ਅਸਾਂ ਦਰ ਪਾਰ ਜਦੋਂ ਕੁਝ ਬੰਦੇ ਮੱਛੀਆਂ ਪਾਉਣੇ ਤੇ ਪਰ ਅਸਾਂ ਬੇਜਿਸ ਪਾਣੀ ਆ ਗਿਆ ਤਾਂ ਅਸਾਂ ਪਾਰ ਨਾ ਜੈਸ ਕਿ ਮਗਰਬ ਨੇ ਜ਼ਾਨਾ ਵਿੱਚ ਸਟਾਰਟ ਹੋਣੀ ਆ ਪਿਆ ਤੇ ਉਹਨਾਂ ਦੋਸਤਾਂ ਦਾ ਪਿਆਰਾ ਭਰਾ ਉਹ ਇਨਸਾਨ ਦੀ ਇਜ਼ਾਤ ਅੱਲਾਹ ਹਾਫਿਜ਼